ਅਸਲਾਮ ਵਾਲੇਕੁਮ ਅੱਜ ਦੀ ਵੀਡੀਓ ਦੇ ਅੰਦਰ ਮੈਂ ਐਂਟੀਬਾਇਓਟਿਕ ਰੈਜ਼ਿਸਟੈਂਸ ਦੇ ਬਾਰੇ ਚ ਗੱਲ ਕਰਨਾ ਚਾਹਨਾ ਕਿ ਮਤਲਬ ਐਂਟੀਬਾਇਓਟਿਕ ਕਿਸ ਤਰ੍ਹਾਂ ਇਸਤੇਮਾਲ ਕਰ ਰਹੇ ਆ ਅਸੀਂ ਜਿਵੇਂ ਕਿ ਬੰਟੀਆਂ ਹੁੰਦੀਆਂ ਨੇ ਠੀਕ ਹੈ ਜਿਵੇਂ ਟਾਫੀਆਂ ਟਿੱਕੀਆਂ ਨਹੀਂ ਖਾਂਦੇ ਅਸੀਂ ਰੁਪਈਏ ਦੀ ਸੱਟ ਟਾਫੀਆਂ ਲੱਭਦੀਆਂ ਹੁੰਦੀਆਂ ਸਨ ਇਸ ਤਰ੍ਹਾਂ ਤੁਸੀਂ ਐਂਟੀਬਾਇਓਟਿਕ ਇਸਤੇਮਾਲ ਕਰ ਰਹੇ ਆ ਕੋਈ ਬਹੁਤੇ ਦੂਰ ਜਾਣ ਦੀ ਲੋੜ ਨਹੀਂ ਹੈ ਮੈਨੂੰ ਯਾਦ ਹੈ ਆਪਣੇ ਬਚਪਨ ਤੇ ਅੰਦਰ ਪਹਿਲੀ ਵਾਰੀ ਜਦੋਂ ਮੈਂ ਲੈਦੇ ਡਾਕਟਰ ਕੋਲ ਗਿਆ ਨਾ ਜਿਹੜਾ ਜੀਪੀ ਜੀਆ ਸੀ ਤੇ ਉਹਦੇ ਕੋਲ ਜਾ ਕੇ ਨਾ ਉਹਨੇ ਪਹਿਲੀ ਵਾਰੀ ਪੁੱਛੇ ਉਹਨੇ ਸਿੰਪਟਮਸ ਕੀ ਉਹਨੇ ਸਮਝਿਆ ਹੋਵੇਗਾ ਕਿ ਐਂਟੀਬਾਇਓਟਿਕ ਦੇ ਲੋੜ ਹੈ ਤੇ ਘਰ ਆ ਲੈਣ ਨੂੰ ਆਖਿਆ ਕਿ ਨਹੀਂ ਨਹੀਂ ਡਾਕਟਰ ਸਾਹਿਬ ਦਵਾਈ ਉਹ ਦੋ ਉਹ ਜਿਹਦੇ ਨਾਲ ਪਹਿਲੀ ਖਰਾਕ ਨਾਲ ਆਰਾਮ ਆਵੇ ਠੀਕ ਹੈ ਤੇ ਇਹਨੇ ਨਾ ਕੱਲ ਸਕੂਲ ਜਾਣਾ ਚਾਹੀਦਾ ਤੇ ਅੰਦਰੋਂ ਮੈਂ ਸੋਚਿਆ ਯਾਰ ਮਤਲਬ ਇੱਕ ਦਿਨ ਦੀ ਛੁੱਟੀ ਲੱਭ ਜਾਂਦੀ ਕੋਈ ਹਲਕੀ ਜੀ ਦਵਾਈ ਦੇ ਦਿੰਦੇ ਚਲੋ ਹੈ ਡਾਕਟਰ ਸਾਹਿਬ ਨੇ ਆਪਣਾ ਨੁਸਖਾ ਜੇ ਲੀਕਕਾਰੀ ਛੜਿਆ ਸੀ ਵਿਚਾਰਿਆ ਨੇ ਤੇ ਫਿਰ ਉਸ ਤੋਂ ਬਾਅਦ ਡਾਕਟਰ ਤੇ ਕੋਲ ਜਾਣ ਦੀ ਲੋੜ ਨਹੀਂ ਪਈ ਜਿੰਨੂੰ ਮਸਲਾ ਆਇਆ ਕੋਮੋਕਸੀក្លਵ ਜਿੰਦਾਬਾਦ ਬਲਕਿ ਉਸ ਟਾਈਮ ਤੇ ਧਿਆਨ ਦੇ ਸੀ ਮੋਕਸਲ ਦੀ ਰੰਗ-ਬਰੰਗੀ ਗੋਲੀਆਂ ਨਾ ਕੈਪਸੂਲ ਆਉਂਦਾ ਸੀ वो तो चलो दस साल पहले की गलसी ना हूँ आवाम ने तो चलो कुछ नहीं समझते हूँ आवाम लिनेजोलेट तक पहुँच गई है यार मतलब कुछ हया करो हूँ तो बैक्टेरिया ईमेल आना शुरू हो गई ने किएन अभी छोटे छोटे अपने बच्चे भेजते हैं तुम उन्होंने वास्तोपा लाइया ने मिजाज सुटते पे हो व्डे व्डे टैजोसीन दे रहे हो ठीक है सैफ्टरैक् जोन दे रहे हो यार मतलब कुछ सोचो थोड़ा मोबाइल खराब हो जाए ठीक है तो मोबाइल वास्ते ਦੁਕਾਨ ਦੁਕਾਨ ਤੇ ਫਿਰੋਗੇ ਕਿ ਕਿਹੜਾ ਚੰਗਾ ਮਕੈਨਿਕ ਹੈ ਉਹਦੇ ਕੋਲ ਲੈ ਕੇ ਜਾਓ ਮੋਬਾਈਲ ਨਾ ਖਰਾਬ ਹੋ ਜਾਏ ਲੇਕਿਨ ਤੁਸੀਂ ਆਪਣੀ ਗੱਡੀ ਖਰਾਬ ਹੋ ਜਾਏ ਉਹਦੇ ਵਾਸਤੇ ਤੁਸੀਂ ਖੱਜਲ ਹੋ ਜਾਓਗੇ ਠੀਕ ਹੈ ਕੋਈ ਮਸਲਾ ਨਹੀਂ ਮਕੈਨਿਕ ਸਾਹਿਬ ਤੁਸੀਂ ਵੇਖੋ ਗੱਡੀ ਗੱਡੀ ਸਾਡੀ ਵੱਲ ਹੋਣੀ ਚਾਹੀਦੀ ਹੈ ਠੀਕ ਹੈ ਲੇਕਿਨ ਜਦੋਂ ਤੁਹਾਡਾ ਆਪਣਾ ਅੰਦਰ ਦੀ ਮਸ਼ੀਨਰੀ ਤੇ ਬਾਰੇ ਗੱਲ ਆਉਂਦੀ ਉਹਦੇ ਅੰਦਰ ਕੋਈ ਨਹੀਂ ਬਲਕਿ ਲੋਕੀ ਪਤਾ ਲੈ ਜਾਣ ਤਾਂ ਕਹਿੰਦੇ ਨੇ ਕਿ ਉਹ ਸਾਡੇ ਹਮ ਮਹੱਲੇ ਚ ਵੀ ਬਰੀਜ਼ ਨੂੰ ਨਾ ਐ ਇਹ ਮਸਲਾ ਸੀ ਡਾਕਟਰ ਸਾਹਿਬ ਨੇ ਐ ਦਵਾਈ ਦਿੱਤੀ ਸੀ ਤੁਸੀਂ ਵੀ ਖਾ ਕੇ ਦੇਖੋ ਬੜੀ ਚੰਗੇ ਡਾਕਟਰ ਸਾਹਿਬ ਨੇ ਤੇ ਐ ਦਵਾਈ ਦਿੱਤੀ ਸੀ ਯਾਰ ਮਤਲਬ ਤੁਸੀਂ ਗੱਡੀ 'ਚ ਤੇਲ ਪਵਾਉਣ ਜਾਓ ਤਾਂ ਤੁਸੀਂ ਸੋਚਦੇ ਹੋ 20 50 ਪਵਾਣਾ ਹੈ ਕਿ 20 40 ਪਵਾਣਾ ਹੈ ਜਾਂ 10 30 ਪਵਾਣਾ ਹੈ ਠੀਕ ਹੈ ਤੁਸੀਂ ਮਕੈਨਿਕ ਦਾ ਸਿਰ ਖਾ ਲੈਂਦੇ ਹੋ ਠੀਕ ਹੈ ਲੇਕਿਨ ਆਪਣੀ ਦੁਦਸੀ ਦਵਾਈ ਖਾਣੀ ਹੈ ਉਹਦੇ ਅੰਦਰ ਤੁਸੀਂ ਕੁਝ ਸੋਚਤੇ ਨਹੀਂ ਆ ਠੀਕ ਹੈ ਐ ਡਾਕਟਰਾਂ ਐਵੇਂ ਹੀ ਨਹੀਂ ਤੁਪਾ ਚ ਵਾਲ ਸਫੇਦ ਕੀਤੇ ਠੀਕ ਹੈ ਮਤਲਬ ਕੁਝ ਨਾ ਕੁਝ ਤੇ ਡਾਕਟਰ ਨੂੰ ਅਹਿਮੀਅਤ ਦੇ ਦਿਆ ਕਰੋ ਨਾ ਉਹ ਉੱਤੇ ਇਹਦੇ ਤੋਂ ਵੱਧ ਕੇ ਤੇ ਫਾਰਮਾਸਿਊਟੀਕਲ ਸਟੋਰ ਵਾਲਿਆਂ ਨੇ ਵੀ ਆਪਣੀ ਅੰਤ ਚੁੱਕੀ ਏ ਫਾਰਮਾਸਿਊਟੀਕਲ ਸਟੋਰ ਵਾਲਿਆਂ ਤੇ ਜਿਹੜੀ ਦਵਾਈ ਡਾਕਟਰ ਨੇ ਲਿਖ ਕੇ ਦੇਣੀ ਏ ਉਹ ਦਵਾਈ ਉਹਨਾਂ ਦੇਣੀ ਨਹੀਂ ਠੀਕ ਹੈ ਉਹਨਾਂ ਕਹਿੰਦੇ ਆ ਬੜੀ ਚੰਗੀ ਦਵਾਈ ਏ ਕਿਉਂਕਿ ਉਹਦੇ ਅੰਦਰ ਉਹਨਾਂ ਨੂੰ ਲੱਭਦਾ ਕਮਿਸ਼ਨ ਠੀਕ ਹੈ ਆਵਾਮ ਨੂੰ ਚਾਹੀਦਾ ਕਿ ਆਪਣਾ ਬੇੜਾ ਗਰਖ ਨਾ ਕਰਨ ਠੀਕ ਹੈ ਜਿਸ ਤਰ੍ਹਾਂ ਪਾਕਿਸਤਾਨ ਦੇ ਅੰਦਰ ਐਂਟੀਬਾਇਓਟਿਕ ਰੈਜ਼ਿਸਟੈਂਸ ਕਾਮਨ ਹੋ ਰਹੀ ਏ ਸਾਰਿਆਂ ਨੂੰ ਸੋਚਣਾ ਚਾਹੀਦਾ ਏ ਖਾਸ ਕਰ ਜਦੋਂ ਕੋਈ ਡਾਕਟਰ ਕੋਲ ਜਾਓ ਤੇ ਤੁਸੀਂ ਹਰ ਬੰਦੇ ਨੂੰ ਉਹੀ ਦਵਾਈ ਨਾ ਰეკਮੈਂਡ ਕਰੋ ਇੱਕ ਰਿਸਪੌਂਸਿਬਿਲਟੀ ਹੁੰਦੀ ਹੈ ਠੀਕ ਹੈ ਕੋਈ ਸ਼ਾਇਦ ਕਿਸੇ ਤੁਸੀਂ ਕਿਸੇ ਨੂੰ ਅਗੇ ਤੁਸੀਂ ਸ਼ਾਇਦ ਦੱਸਣੀ ਹੈ ਤੇ ਪਹਿਲੇ ਸੋਚ ਸਮਝ ਲਈਦਾ ਠੀਕ ਹੈ ਇੰਜੀਨੀਅਰ ਕਿ ਫੱਕੀ ਹੈ ਚਲੋ ਸਾਰਿਆਂ ਨੂੰ ਦੇਈ ਜਾਓ ਠੀਕ ਹੈ ਰੱਬ ਰਾਖਾ